ਸੀਗਾ ਨਾ ਉਹ ਸੀਗਾ ਆ ਜਿਹੜੀ ਨਿਸ਼ਾਨੀ ਸੀ ਚਾਚਾ ਕਨੇਡਾ ਚਾ ਸਿੱਖ ਫੈਮਲੀ ਆ ਤੇ ਇੱਕ ਮੁਸਲਮਾਨ ਪਰਿਵਾਰ ਨੇ ਪਾਲਿਆ ਪਿਛਲੇ ਉਹਨਾਂ ਨੇ ਜ਼ਮੀਨ ਤੱਕ ਦਿੱਤੀ ਇਹਨਾਂ ਦੀ ਬਾਬਾ ਜੀ ਜਿਹੜੇ ਅੱਜ ਆ ਸਪੈਸ਼ਲ ਸਾਨੂੰ ਉੱਥੋਂ ਆਪਣੇ ਪਿੰਡ ਤੋਂ ਮਿਲਣ ਆਏ ਹੋਏ ਨੇ ਤੇ ਜਾ ਕੇ ਮਿਲਦੇ ਆ ਬਾਬਾ ਬੈਠਾ ਕਿੱਥੇ ਆ ਦੇਖਦੇ ਆ ਨਾ ਕਿੱਥੇ ਬੈਠੇ ਉੱਥੇ ਪਿਛਲੇ ਗੇਟ ਦੇ ਅੱਗੇ ਨਾ ਬਾਬਾ ਜੀ ਅਬਦੁਲ ਖਾਲਕ ਉਰਫ ਮੋਹਨ ਸਿੰਘ ਜਿਹੜੇ 47 ਤੋਂ ਬਾਅਦ ਚਲੋ ਪਰਮਾਤਮਾ ਨੇ ਕਿਸੇ ਵੀ ਤਰ੍ਹਾਂ ਵਿਛੜੇ ਜਵੇਦ ਦੀ ਬਦੌਲਤ ਬਾਬੇ ਨਾਨਕ ਦੀ ਤਾਂ ਇੱਕ ਸਾਡਾ ਆਸਟ੍ਰੇਲੀਆ ਤੋਂ ਵੀਰ ਸੀਗਾ ਉਹਨਾਂ ਦੀ ਬਦੌਲਤ ਤਾਂ ਬਾਕੀ ਜਿਹੜੀਆਂ ਗੱਲਾਂ ਆਪਾਂ ਅੰਦਰ ਜਾ ਕੇ ਕਰਾਂਗੇ ਠੀਕ ਹੈ ਜੀ ਚਲੋ ਆ ਜਾਓ ਕੀ ਆਇਆ ਨਾ ਅੱਛਾ ਜਿਹੜੀ ਆਪਾਂ ਲੱਭਿਆ ਸੀਗਾ ਨਾ ਉਹ ਸੀਗਾ ਆਹ ਸੀ ਨਿਸ਼ਾਨੀ ਅਸਲੀ ਜਿਹੜੀ ਸੀਗੀ ਠੀਕ ਹੈ ਨਾ ਚਲੋ ਚਲੋ ਆਓ ਅੰਦਰ ਆ ਜਾਓ ਤੇ ਜਿਹੜੀ ਨਿਸ਼ਾਨੀ ਸੀ ਇੱਥੋਂ ਚਾਚਾ ਕਨੇਡਾ ਚਾ ਸਿੱਖ ਫੈਮਲੀ ਆ ਤੇ ਇੱਕ ਮੁਸਲਮਾਨ ਪਰਿਵਾਰ ਨੇ ਪਾਲਿਆ ਪਿਛਲੇ ਉਹਨਾਂ ਨੇ ਜ਼ਮੀਨ ਤੱਕ ਦਿੱਤੀ ਇਹਨਾਂ ਦੀ ਜੇ ਵੀਡੀਓ ਉੱਧਰੋਂ ਮੈਂ ਬਣਾਈ ਸੀ ਇੱਧਰੋਂ ਆਪਣਾ ਮੁੰਡਾ ਜਵੇਦ ਆ ਆਜੋ ਆਜੋ ਪਿਛਲੇ ਸਾਲ ਵਾਇਰਲ ਹੋਇਆ ਜਵੇਦ ਆ ਤਾਂ ਮਿਲ ਹੋਇਆ ਸੁਣ ਕੇ ਕਨੇਡਾ ਤੋਂ ਇਹਨਾਂ ਦੇ ਇਹਨਾਂ ਨੂੰ ਸਰ ਉੱਥੇ ਬਿਠਾ ਦੇ ਇਹਨਾਂ ਨੂੰ ਉੱਥੇ ਬਿਠਾ ਕੇ ਨਾ ਸਾਰੀ ਗੱਲ ਦੱਸੋ ਬੜੀ ਖੁਸ਼ੀ ਹੋਈ ਜੀ ਪਿਛਲੇ ਸਾਲ ਫੇਸਬੁੱਕ ਤੇ ਬਣਾਈ ਸੀ
ਬੂਆ ਨੇ ਬੜਾ ਪਿਆਰ ਕੀਤਾ, ਬਹੁਤ ਪਿਆਰ, ਬੜਾ ਪਿਆਰ ਕੀਤਾ, ਬੜਾ ਪਿਆਰ। ਮੈਂ ਆਉਣ ਤੋਂ ਪਹਿਲਾਂ ਮੇਰੀ ਉਹਨਾਂ ਦੀ ਗੱਲ ਹੋਈ ਸੀਗੀ, ਅੱਛਾ ਜੀ, ਉਹਨਾਂ ਨਾਲ ਕਹਿੰਦੇ ਕੋਈ ਗੱਲ ਨਹੀਂ ਹੈ ਨਾ ਆਓਗੇ ਜਾਂ ਕਿੱਦਾਂ, ਵੀ ਮੈਂ ਵੀ ਕਿਹਾ ਵੀ ਮਿਲ ਕੇ ਆਇਆ ਫੋਨ ਤੇ, ਅਸੀਂ ਵੀ ਨਾ ਬਸ ਜਿੰਨਾ ਚਿਰ ਫੋਨ ਕਰੀਏ ਨਾ ਨਾ। ਪਤਾ ਕੀ ਗੱਲ ਆ, ਜਿੱਦਾਂ ਹੁਣ ਮੈਂ ਜੋ ਮਰਜ਼ੀ ਆ ਐਤਕੀ ਉਦੋਂ ਵੀ ਤੁਹਾਡੇ ਕਰਕੇ ਆਉਣਾ, ਬਾਬਾ ਜੀ ਇਹ ਆ ਟੀਵੀ ਚ ਵੀ ਹੈ ਨਾ, ਇਹ ਉਹੀ ਬੰਦੇ ਸਾਨੂੰ ਮਿਲਣ ਆਏ ਆ, ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ। ਤੇ ਦੋਸਤੋ, ਜਿਹੜੇ ਅੱਜ ਅਸੀਂ ਨਨਕਾਣਾ ਸਾਹਿਬ ਆਏ ਸੀਗੇ ਤੇ ਸਾਨੂੰ ਮਿਲਣ ਲਈ ਕੌਣ ਆਏ ਨੇ, ਸਾਰਿਆਂ ਨੇ ਵੀਡੀਓ ਵਿੱਚ ਦੇਖਿਆ ਸੀਗਾ ਨਾ ਪਿਛਲੇ ਦਿਨੀ 75 ਸਾਲ ਵਾਲਾ ਚਾਚੇ ਭਤੀਜੇ ਦਾ, ਫਿਰ ਭੈਣ ਭਰਾ ਦਾ ਜਿਹੜਾ ਮੇਲ ਹੋਇਆ ਹੈ ਨਾ, ਤੇ ਇਹ ਉਹੀ ਸ਼ਖਸ ਨੇ ਜੀ, ਬਾਬਾ ਅਬਦੁਲ ਖਾਲਕ ਉਰਫ ਮੋਹਨ ਸਿੰਘ, 47 ਤੋਂ ਪਹਿਲਾਂ ਪਰਿਵਾਰ, ਕਿਉਂਕਿ ਬਾਹਲੀ ਦੱਸਣ ਦੀ ਸਾਨੂੰ ਲੋੜ ਨਹੀਂ ਕਿਉਂਕਿ ਵੀਡੀਓ ਤੁਸੀਂ ਸਾਰੀਆਂ ਦੇਖੀਆਂ ਹੋਣੀਆਂ। ਤੇ ਅੱਜ ਸਪੈਸ਼ਲ ਸਾਨੂੰ ਇੱਥੇ ਨਨਕਾਣਾ ਸਾਹਿਬ ਮਿਲਣ ਆਏ ਹੋਏ ਨੇ, ਗੱਲਬਾਤ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਤਬਦੀਲੀ ਆਈ ਆ, ਪਹਿਲਾਂ ਕੀ ਸੀਗਾ ਤੇ ਉਹ ਤੋਂ ਬਾਅਦ ਕੀ ਸੀ। ਹਾਂਜੀ ਬਾਬਾ ਜੀ ਸਲਾਮ, ਉੱਚੀ ਬੋਲਣਾ, ਸਿਹਤ ਵਧੀਆ ਤੁਹਾਡੀ, ਹੈ ਸਿਹਤ ਸਹੀ ਆ ਜੀ, ਹਾਂ ਖੁੱਲ੍ਹ ਕੇ ਬੋਲੋ, ਖੁੱਲ੍ਹ ਕੇ ਜਿੱਦਾਂ ਨਹੀਂ ਤੁਸੀਂ ਦੇਖੋ ਪਹਿਲਾਂ ਵਾਲੀ ਗੱਲ ਨਹੀਂ ਕਰਨੀ ਵੀ ਉਹ ਜਿੱਦਾਂ ਹੋਲੀ ਗੱਲ, ਹੁਣ ਆਪਾਂ ਖੁੱਲ੍ਹ ਕੇ ਗੱਲ ਕਰਨੀ, ਤਾਂ ਮੈਂ ਤਾਂ ਹੀ ਤੁਹਾਨੂੰ ਮੈਂ ਗੱਲ ਕੀਤੀ ਸੀ ਨਾ, ਉੱਚੀ ਬੋਲੋ, ਕਹਿੰਦਾ ਵੀ ਕੀ ਹਾਲ ਆ, ਵਧੀਆ ਤੇ ਕੀ ਆ, ਠੀਕ ਆ ਜੀ, ਮਿਹਰਬਾਨੀ ਆ, ਹਾਂ ਅੱਛਾ ਜੁੜੇ ਆ ਨਾਨਕਪੁਰ, ਹਾਂ ਨਾਨਕ ਸਾਹਿਬ ਦੇ, ਹਾਂ ਤੇ ਬੜੀ ਖੁਸ਼ੀ ਆ ਤੁਹਾਡੇ ਮਿਲਣ ਦੀ, ਹਾਂ ਤੇ ਮਿਹਰਬਾਨੀ, ਬਿਲਕੁਲ ਜੀ, ਕਿਆ ਤੁਹਾਨੂੰ ਹੁਣ ਖੁਸ਼ੀ ਹੋਈ ਆ
ਜਿਹੜਾ ਪਹਿਲਾਂ ਤੁਸੀਂ ਟਾਈਮ ਗੁਜ਼ਾਰਿਆ ਆਪਣੇ ਮਾਂ ਬਾਪ ਤੋਂ ਇਲਾਵਾ, ਹੁਣ ਤੁਹਾਡੇ ਭੈਣ ਭਾਈ ਤੁਹਾਨੂੰ ਮਿਲੇ ਆ, ਕਿਆ ਪਹਿਲੇ ਖੁਸ਼ੀ ਜ਼ਿਆਦਾ ਸੀ ਜਾਂ ਹੁਣ ਖੁਸ਼ੀ ਵੱਧ ਗਈ ਤੁਹਾਡੀ? ਹੁਣ ਜ਼ਿਆਦਾ ਖੁਸ਼ੀ ਆ ਜੀ। ਅੱਛਾ, ਹੁਣ ਜੀ ਬਿਲਕੁਲ ਸਾਰੀ ਖੁਸ਼ੀ ਜ਼ਿਆਦਾ ਮਿਲੇ ਜੁੜੇ ਆ ਹੁਣ ਤੇ ਖੈਰ ਮੇਰਾ। ਅੱਛਾ ਬਾਬਾ ਜੀ, ਜਦੋਂ ਪਹਿਲਾਂ ਤੁਸੀਂ ਨਹੀਂ ਤੁਹਾਡਾ ਪਰਿਵਾਰ ਪਤਾ ਸੀ ਨਾ, ਕਿੱਦਾਂ ਕੀ ਤਬਦੀਲੀ ਕੀ ਸੀਗੀ, ਕੀ ਮਨ ਦੇ ਵਿੱਚ ਤੁਹਾਡੇ ਆਉਂਦਾ? ਕਿਉਂਕਿ ਮੈਨੂੰ ਜਦੋਂ ਵੀਡੀਓ ਬਣਾਈ ਜਵੇਦ ਨੇ, ਧੱਕੇ ਨਾਲ ਬਣਾਈ ਤੁਹਾਡੇ ਕੋਲ ਜਾ ਕੇ, ਧੱਕੇ ਨਾਲ ਹੈ ਨਾ, ਧੱਕੇ ਨਾਲ ਤੁਸੀਂ ਬਿਲਕੁਲ ਚੁੱਪ ਰਹੇ ਤੇ ਉਹ ਬੰਦੇ ਕਮੈਂਟ ਵੀ ਕਰਦੇ ਸੀਗੇ ਵੀ ਜੇ ਅੱਧੇ ਘੰਟੇ ਦੀ ਵੀਡੀਓ ਆ ਘੰਟੇ ਦੀ ਤਾਂ 50 ਮਿੰਟ ਸਾਡਾ ਮਿੱਤਰ ਬੋਲ ਗਿਆ। ਬੇਸ਼ੱਕ ਉਹ ਇਹ ਗੱਲਾਂ ਹਾਸੇ ਮਜ਼ਾਕ ਕਰਦੇ ਪਰ ਉਹ ਬਣਦਾ ਸੀਗਾ ਗੱਲ ਕਰਨੀ, ਕਿਉਂਕਿ ਬਾਬਾ ਜੀ ਉਸਲੇ ਪਤਾ ਨੀ ਕੀ ਉਹਨਾਂ ਦੇ ਮਨ ਚ ਸੀਗਾ, ਬਿਲਕੁਲ ਇਹ ਘੱਟ ਬੋਲੇ ਸੀ। ਚਲੋ ਪਰਮਾਤਮਾ ਦੀ ਕਿਰਪਾ ਵੀ ਉਹ ਇਹਨਾਂ ਦਾ ਮਿਲਾਪ ਹੋ ਗਿਆ। ਉਹ ਜੀ ਚੀਜ਼ ਇਹ ਸੀ ਉਸਲੇ ਤੇ ਪਤਾ ਨਹੀਂ ਸੀ, ਮੈਂ ਬੱਚਾ ਸੀ ਤੇ ਮਲੂਮ ਨਹੀਂ ਸੀ ਕਿ ਸਾਡਾ ਮੇਲ ਹੋ ਜਾਣਾ, ਨਹੀਂ ਵਿਸ਼ਵਾਸ ਨਹੀਂ ਸੀਗਾ। ਉਸ ਤੋਂ ਬਾਅਦ ਫਿਰ ਜਿਸ ਵੇਲੇ ਮਿਲੇ ਆ ਤੇ ਸਾਰਾ ਪਰਿਵਾਰ ਉਧਰੋਂ ਵੀ ਇਧਰੋਂ ਵੀ ਮਿਲੇ ਆ, ਫਿਰ ਖੁਸ਼ੀ ਹੋਈ ਹੈ, ਫਿਰ ਪਤਾ ਲੱਗਾ ਵੀ ਇਹ ਪਰਿਵਾਰ ਮੇਰਾ ਹੈ ਤੇ ਫਿਰ ਅਸੀਂ ਮਿਲੇ ਇੱਕ ਜੁੜੇ ਨੂੰ ਤੇ ਬਿਲਕੁਲ ਸਹੀ ਹੋਇਆ। ਦੇਖੋ ਬਾਬਾ ਜੀ ਜਦੋਂ ਹੁਣ ਜਿਵੇਂ ਜਿਵੇਂ ਮਿਲਦੇ ਆ ਪੈ ਇੱਕ ਦੂਜੇ ਸਾਰੇ ਸਾਰੇ ਪਰਿਵਾਰ ਮਿਲਦੇ ਆ, ਇੱਕ ਦੂਜੇ ਨੂੰ ਜਿੱਤਣੇ ਆਉਂਦੇ ਆ ਤੇ ਸਾਰਿਆਂ ਦੀ ਖੁਸ਼ੀ ਮਿਹਰਬਾਨੀ। ਬਿਲਕੁਲ ਬਿਲਕੁਲ, ਤੇ ਜਿਹੜੀ ਇਹਨਾਂ ਦੀ ਬਿਲਕੁਲ ਜੀ ਜਿਹੜੇ ਇਹਨਾਂ ਦਾ ਮੇਲ ਕਰਾਉਣ ਦਾ ਸੀਗਾ ਹੈ ਨਾ, ਇਸ ਗੱਲ ਦੀ ਅੰਗੂਠਾ ਇਹ ਅੰਗੂਠਾ ਸੀਗਾ ਜਿਹੜੀ ਇਹਨਾਂ ਕਰਕੇ ਜਿਹੜਾ ਪਰਿਵਾਰ ਦਾ ਮੇਨ ਮਿਲਾਪ ਹੋਇਆ, ਬਾਕੀ ਦੀਆਂ ਨਿਸ਼ਾਨੀਆਂ ਦਾ ਬਾਅਦ ਪੱਕੀ ਨਿਸ਼ਾਨੀ ਇਹਦੇ ਕਰਕੇ ਉਹ ਪਰਿਵਾਰ ਮੇਲ ਹੋਇਆ। ਅੱਛਾ, ਜੀਵਨ ਦੇ ਵਿੱਚ ਹੁਣ ਪਰਿਵਾਰ ਮਿਲ ਗਿਆ, ਤਬਦੀਲੀ ਕੀ ਆਈ ਆ? ਤਬਦੀਲੀ ਸਹੀ ਆ ਜੀ, ਜ਼ਿੰਦਗੀ ਕਿਆ ਤੁਹਾਡੀ ਬਦਲੀ ਆ? ਪਹਿਲੇ ਨਾਲੋਂ ਦੁੱਖ ਵਧੇ ਜਾਂ ਸੁੱਖ ਵਧੇ ਆ ਇਹ ਦੱਸੋ। ਦੁੱਖ ਸੁੱਖ ਤਾਂ ਜਿਹੜੇ ਹੈ ਨਾ ਉਹ ਬਿਲਕੁਲ ਸਹੀ ਨੇ ਤੇ ਪਰਿਵਾਰ ਮਿਲਣ ਦੇ ਨਾਲ ਬੜਾ ਸੁੱਖ ਹੈ, ਯਾਦਗਿਰੀ ਇਨਸਾਨ ਦੀ ਰਹਿੰਦੀ ਹੈ ਹਰ ਇੱਕ ਦੀ ਤੇ ਵੀ ਇਹ ਪਰਿਵਾਰ ਮੇਰਾ ਆ ਮੇਰਾ ਆ ਮੇਰਾ ਹੈ, ਇਸ ਵਾਸਤੇ ਕਰਕੇ ਬਹੁਤ ਖੁਸ਼ੀ। ਪਹਿਲਾਂ ਤੁਹਾਨੂੰ ਤਾਨੇ ਤਾਂ ਨਹੀਂ ਕੋਈ ਮਾਰਦਾ ਸੀਗਾ ਵੀ ਜੀ ਕੋਈ ਔੜਾਂ ਦਾ ਜਾਂ ਕਿਸੇ ਹੋਰ ਦਾ, ਕੀ ਪਤਾ ਕਿਹਦਾ ਸੀਗਾ, ਕਿ ਤਾਨੇ ਤਾਂ ਨਹੀਂ ਮਾਰੇ, ਸਿੱਖ ਹੀ ਖੁੱਲ੍ਹ ਕੇ ਗੱਲ ਕਰਦੇ ਨਾ ਕੀ ਜੇ ਜਿਹੜੇ ਇਹਨਾਂ ਨਾਲ ਤਾਨੇ, ਹਾਂ ਇਹ ਤਾਂ ਵੱਜਦੇ ਹੀ ਰਹਿੰਦੇ, ਇਹ ਤਾਂ ਕਿਸੇ ਆ ਦਿੱਤਾ ਵੀ ਆ ਫਲਾਣੇ ਦਾ ਪੁੱਤਰ ਹੈ, ਕਿਸੇ ਆ ਦਿੱਤਾ ਫਲਾਣੇ ਦਾ ਪੁੱਤਰ ਹੈ, ਕਿਸੇ ਫਲਾਣੇ ਦਾ ਪੁੱਤਰ ਹੈ, ਉਦੋਂ ਜਨਾਬ ਰਹਿ ਹੀ ਰਹੇ ਤੇ ਇਹ ਜਿੱਦਣ ਦੇ ਆ ਪਰਿਵਾਰ ਮਿਲਣ ਲੱਗਾ ਉਦਣ ਦਾ ਕੋਈ ਉਦਣ ਦਾ ਕੋਈ ਗੱਲ ਬਾਤ ਨਹੀਂ, ਕਿਸੇ ਨੂੰ ਸਾਰਿਆਂ ਨੂੰ ਪਤਾ ਵੀ ਫਲਾਣੇ ਦਾ ਪੁੱਤਰ ਹੈ ਤੇ ਬਿਲਕੁਲ ਸਹੀ ਹੈ। ਹੁਣ ਤਾਨੇ ਜਿਹੜੇ ਨੇ ਉਹ ਮੋਰੋ ਲੈ ਗਏ ਨੇ ਤੇ ਜਦੋਂ ਹੁਣ ਤੁਸੀਂ ਮੈਂ ਦੇਖਿਆ ਸੀ ਆਪਣੇ ਗੇਟ ਜਿਹੜਾ ਤੁਹਾਡੇ ਘਰ ਨੂੰ ਸੜਕ ਮੁੜਦੀ ਆ, ਹਾਂਜੀ ਉਹਦੇ ਉੱਤੇ ਆਪਣੇ ਪਿਤਾ ਜੀ ਦਾ ਵੀ ਤੇ ਆਪਣੇ ਗੋਤ ਲਿਖੀ ਆ ਤੁਸੀਂ ਨਿਜਰ, ਹਾਂਜੀ ਬੰਦੇ ਮਿਲਣ ਆਉਂਦੇ ਆ? ਹਾਂਜੀ ਆਉਂਦੇ ਆਉਂਦੇ ਨੇ, ਹਾਂ ਸਾਰੇ ਆਉਂਦੇ ਨੇ ਮਿਲਣ ਜੀ। ਅੱਛਾ, ਤੇ ਸਭ ਕੁਝ ਇਹਨਾਂ ਨੇ ਜਿਹੜਾ ਤੁਹਾਨੂੰ ਪਹਿਲੇ ਸਵਾਲ ਇਹ ਕੀਤਾ ਸੀ ਕਿ ਕੀ ਵਜ੍ਹਾ ਸੀ ਤੂੰ ਉਸ ਵੀਡੀਓ ਦੇ ਵਿੱਚ ਬੋਲਦਾ ਕਿਉਂ ਨਹੀਂ ਸੀ, ਤੈਨੂੰ ਡਰ ਕੀ ਸੀ ਤੇਰੇ ਮਨ ਵਿੱਚ, ਉਹ ਅੱਜ ਥੋੜਾ ਜਿਹਾ ਦੱਸ ਵਜ੍ਹਾ ਕੀ ਸੀ ਕਿਉਂ ਨਹੀਂ ਬੋਲਦਾ? ਬਹੁਤ ਸਾਰੇ ਪੁੱਛਦੇ ਨਾ ਕਿ ਬਾਬਾ ਤਾਂ ਬੋਲਦਾ ਨਹੀਂ ਸੀ, ਮੈਨੂੰ ਕਹਿੰਦੇ ਆ ਕਿ ਵੀ ਜਵੇਦ ਧੱਕੇ ਨਾਲ ਬੋਲਦਾ ਸੀ, ਬਾਬੇ ਨੂੰ ਗੱਲਾਂ ਨਹੀਂ ਸੀ ਆਉਂਦੀਆਂ ਲੇਕਿਨ ਜਵੇਦ ਆਪਣੇ ਕੋਲੋਂ ਲਾਉਂਦਾ ਸੀ, ਉਹ ਜ਼ਰਾ ਦੱਸ ਅੱਜ ਕਿ ਮੈਂ ਬੋਲਿਆ ਵੀ ਜ਼ਿਆਦਾ, ਮੈਨੂੰ ਅਗਰ ਮੈਂ ਬੋਲਿਆ ਤੇ ਮੈਂ ਉਹ ਬੋਲਣ ਦਾ ਹੱਕ ਰੱਬ ਨੇ ਮੇਰਾ ਪੂਰਾ ਵੀ ਕਰ ਦਿੱਤਾ, ਇਹ ਅੱਜ ਦੱਸ ਕਿ ਕੀ ਵਜ੍ਹਾ ਸੀ ਕਿਉਂ ਨਹੀਂ ਸੀ ਬੋਲਦਾ? ਵਜ੍ਹਾ ਜਵੇਦ ਸਾਹਿਬ
ਕੇ ਮੈਂ ਆਂਦਾ ਸੀ ਕਿ ਮੇਰਾ ਪਰਿਵਾਰ ਨਹੀਂ ਹੈ, ਉਮੀਦ ਨਹੀਂ ਸੀ ਹੈਗੀ ਰੱਬ ਅੱਗੇ ਨਹੀਂ ਸੀ ਹੈਗੀ, ਇਸ ਵਾਸਤੇ ਕਰਕੇ ਮੈਂ ਨਹੀਂ ਸੀ ਵੀਡੀਓ ਪੜ੍ਹਦਾ। ਅਤੇ ਉਹ ਫਿਰ ਤੁਸੀਂ ਮੈਨੂੰ ਜਿਵੇਂ ਵੀ ਤੂੰ ਵੀ ਆਖਿਆ ਜਵੇਰ ਸਾਹਿਬ ਨੇ ਵੀ ਨਹੀਂ ਵੀਡੀਓ ਪੜ੍ਹ, ਮੈਂ ਫਿਰ ਵੀਡੀਓ ਪੜ੍ਹ ਦਿੱਤੀ ਜਿਵੇਂ ਵੀ ਮੇਰੇ ਕੋਲ ਆਏ, ਜਿਵੇਂ ਬੋਲਿਆ ਗਿਆ ਦਿਲ ਦੇ ਕਮਜ਼ੋਰ ਕਮਜ਼ੋਰੀ ਦੀ ਵਜ੍ਹਾ ਤੋਂ ਇਹ ਬਿਆਨ ਨਹੀਂ ਹੁੰਦੇ ਹੈ ਜੀ। ਅਤੇ ਇਹ ਚੀਜ਼ ਇਹ ਕਿ ਬਿਲਕੁਲ ਸਹੀ ਹੈ। ਅਤੇ ਉਹ ਵੀਡੀਓ ਭਰੀ ਗਈ, ਫਿਰ ਮੇਲ ਮਿਲਾਪ ਹੋਇਆ ਸਾਰਿਆਂ ਦਾ, ਨਿਸ਼ਾਨੀ ਵੀ ਉਹਨਾਂ ਪੱਕੀ ਲੈ ਲਈ ਅੰਗੂਠੇ ਦੀ। ਅਤੇ ਉਹ ਫਿਰ ਮੇਲ ਮਿਲਾਪ ਜਿਸ ਤਰ੍ਹਾਂ ਹੋਇਆ ਫਿਰ ਮੈਨੂੰ ਮਲੂਮ ਹੋ ਗਿਆ ਵੀ ਮੇਰਾ ਇਹ ਪਰਿਵਾਰ ਹੈ। ਅੱਛਾ ਮੈਂ ਇੱਕ ਬਾਬਾ ਜੀ ਸਵਾਲ ਪੁੱਛਦਾ, ਜਦੋਂ ਪਹਿਲੀ ਵਾਰੀ ਚਲੋ ਵੀਡੀਓ ਕਾਲ ਤੇ ਅਸੀਂ ਗੱਲ ਕਰਾਈ ਹੈ ਨਾ, ਹਾਂਜੀ, ਜਦੋਂ ਕਰਤਾਰਪੁਰ ਸਾਹਿਬ, ਕਿਉਂਕਿ ਮੈਂ ਤੁਹਾਡੇ ਚਾਚਾ ਜੀ ਨਾਲ ਵੀ ਗੱਲ ਕੀਤੀ ਸਮਾਨ ਸਿੰਘ ਹੋਣਾ ਨਾਲ, ਜਦੋਂ ਪਹਿਲੀ ਵਾਰੀ ਤੁਸੀਂ ਜੱਫੀ ਪਾਈ ਚਾਚੇ ਭਤੀਜੇ ਨਾਲ, ਤੁਸੀਂ ਦੱਸਿਆ ਸੀ ਉਹਨਾਂ ਨੇ ਵੀ ਮੋਹ ਬੜਾ ਸੀਗਾ ਚਾਚੇ ਭਤੀਜੇ ਦਾ, ਆਪਸ ਵਿੱਚ ਪਿਆਰ ਬਹੁਤ ਸੀ, ਇਹ ਕਹਿ ਰਹੇ ਤਾਂ ਕੀ ਦਿਲ ਚ ਕੀ ਸੀਗਾ ਤੁਹਾਡੇ, ਕੀ ਅਹਿਸਾਸ ਹੋਇਆ? ਦਿਲ ਚ ਅਹਿਸਾਸ ਇਹੀ ਹੈ ਵੀ ਇਹ ਮੁੱਢ ਜਿਹੜਾ ਸੀ ਸਾਡਾ ਬਲਦਈਏ ਸਾਹਿਬ ਅਤੇ ਚਾਚਾ ਜੀ ਸਾਡੇ ਪਿਓ ਨੇ, ਅਤੇ ਅਸੀਂ ਇਸ ਵਾਸਤੇ ਕਰਕੇ ਮੇਰੇ ਜੱਫੀਆਂ ਪਾ ਕੇ ਅਤੇ ਬਹੁਤ ਸਾਰੇ ਪਿਆਰ ਨਾਲ ਅਤੇ ਮੇਰੇ ਜੱਫੀਆਂ ਪਾ ਕੇ ਅਤੇ ਸਾਡਾ ਮੁੱਢ ਸੀ ਉਹ, ਜੇ ਉਹ ਨਾ ਕਰਦੇ ਉਹਨਾਂ ਨੇ ਬੜਾ ਇੱਕ ਕਹਿ ਲਓ ਸੰਘਰਸ਼ ਕੀਤਾ ਤੁਹਾਨੂੰ ਲੱਭਣ ਲਈ, ਹੈ ਨਾ, ਬਹੁਤ ਵੀਡੀਓ ਉਹਨਾਂ ਦੀ ਪਹਿਲਾਂ ਵੀ ਬਣੀਆਂ, ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਹਨਾਂ ਨੇ, ਕਿਉਂਕਿ ਉਹ ਪੰਜਾਬੀ ਦੇ ਜਾਂ ਕੁਛ ਹਿੰਦੀ ਦੇ ਐਸੇ ਅਲਫਾਜ਼ ਬੋਲਦੇ ਚਾਚਾ ਜੀ ਉਹਨਾਂ ਤੁਹਾਨੂੰ ਸਮਝ ਨਹੀਂ ਲੱਗਦੀ, ਇਸ ਵਜ੍ਹਾ ਨਾਲ ਮੈਂ ਨਾਲ ਨਾਲ ਬੋਲ ਰਿਹਾ। ਉਹ ਕਹਿੰਦੇ ਕਿ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਬੜੀ ਯਤਨ ਕੀਤੀ, ਬੜੀ ਜੀ ਬੜੀ ਕੋਸ਼ਿਸ਼, ਜ਼ਿੰਦਗੀ ਦੇ ਨਾਲ ਨਾਲ ਆਪਣੇ ਭਤੀਜੇ ਨੂੰ ਛੱਡਿਆ ਨਹੀਂ, ਉਹਨੇ ਛੱਡਿਆ ਨਹੀਂ ਜੀ, ਹਾਂ ਬਿਲਕੁਲ ਨਹੀਂ ਛੱਡਿਆ, ਬਿਲਕੁਲ ਉਹਨਾਂ ਸਿਰਫ ਸਾਰੀ। ਤੇ ਦੂਜੇ ਅਸੀਂ ਅੱਜ ਬਿਲਕੁਲ ਸਹੀ ਨੇ ਸਾਰੇ ਤਰੀਕੇ ਨਾਲ ਵਰਤ ਰਹੇ ਆ ਤੇ ਫੋਨ ਮਿਲ ਰਿਹਾ, ਗੱਲਾਂ ਬਾਤਾਂ ਕਰ ਰਹੇ, ਖੁਸ਼ ਆ। ਅੱਛਾ ਹੁਣ ਜਦੋਂ ਬਾਅਦ ਦੇ ਵਿੱਚ ਪਰਿਵਾਰ ਨੂੰ ਪਤਾ ਲੱਗਾ ਤੁਹਾਡੀ ਜਿਹੜੀ ਭੈਣ ਛੋਟੀ ਭੈਣ ਸੀਗੀ, ਹਾਂਜੀ, ਉਹ ਵੀ ਮਿਲਣ ਆਏ? ਹਾਂਜੀ ਉਹ ਆਏ ਨੇ ਮਿਲਣ। ਕਿੰਨੇ ਦਿਨ ਰਹਿ ਗਏ ਗਏ ਉਹ? ਚਲੇ ਨੇ ਜਨਾਬ ਮਹੀਨਾ 20 ਦਿਨ। ਅੱਛਾ ਜੀ, 20 ਦਿਨ ਪੂਰੇ ਰਹੇ ਨੇ ਇੱਥੇ। ਹੁਣ ਸਾਰੇ ਮਤਲਬ ਜਿਹੜੇ ਪਰਿਵਾਰ ਜਿੰਨੇ ਵੀ ਤੁਹਾਡਾ ਕੁਨਵਾਇਆ ਉਧਰਲਾ, ਹਾਂਜੀ, ਚੜ੍ਹਦੇ ਪੰਜਾਬ ਵਾਲਾ, ਹੁਣ ਸਾਰੇ ਆਉਂਦੇ ਇੱਕ ਦੂਜੇ ਨੂੰ ਕਰਦੇ? ਸਾਰੇ ਆਉਂਦੇ ਨੇ, ਸਾਰੇ ਆਉਂਦੇ ਨੇ ਜਨਾਬ, ਹਾਂ, ਸਾਰੇ ਫੋਨ ਵੀ ਕਰਦੇ ਨੇ, ਆਉਂਦੇ ਵੀ ਹੈਗੇ ਨੇ, ਠੀਕ ਹੈ, ਮਿਲੇ ਵੀ ਹੈਗੇ ਨੇ। ਤੇ ਸਾਨੂੰ ਜਵੇਦ ਇੱਕ ਚੀਜ਼ ਦੀ ਇੱਥੇ ਕਮੀ ਜ਼ਰੂਰ ਖੜਕਦੀ ਆ, ਇਹ ਦੱਸ ਦਈਏ ਵੀ ਵੀਡੀਓ ਪਹਿਲਾਂ ਮੈਂ ਬਣਾਈ ਸੀ ਬਾਬੇ ਜੀ ਦੀ, ਫਿਰ ਜਵੇਦ ਨੇ, ਮੁੜ ਕੇ ਜਿਹੜਾ ਇਹਨਾਂ ਨੂੰ ਇਕੱਠਿਆਂ ਕਰਨ ਵਾਲਾ ਸੀਗਾ, ਸਟੋਰੀ ਨੂੰ ਕਵਰ ਇਕੱਠੇ ਕਰਨ ਵਾਲਾ, ਉਹ ਸਾਡਾ ਆਸਟ੍ਰੇਲੀਆ ਤੋਂ ਸਾਡਾ ਵੀਰ ਸੀਗਾ, ਮੈਨੂੰ ਨਾਂ ਉਹਨਾਂ ਦਾ ਸ਼ਾਇਦ ਭੁੱਲ ਗਿਆ, ਤੇ ਉਹਨਾਂ ਨੇ ਵੀਡੀਓ ਦੇਖੀ ਤਾਂ ਅਸੀਂ ਉਹਨਾਂ ਨੇ ਗੱਲਬਾਤ ਕੀਤੀ ਸੀ ਵੀ ਕਿਤੇ ਅਸੀਂ ਸਾਰਾ ਜਿਹੜੇ ਇੱਕ ਫੈਮਿਲੀ ਦੀ ਤਰ੍ਹਾਂ ਸੀਗੇ ਵੀ ਅਸੀਂ ਇਕੱਠੇ ਹੋਈਏ ਇੱਕ ਜਗ੍ਹਾ ਤੇ, ਕਿਉਂਕਿ ਇਹ ਜਿਹੜਾ ਕ੍ਰੈਡਿਟ ਇਹ ਕੋਈ ਇਕੱਲਾ ਨਹੀਂ ਲੈ ਸਕਦਾ, ਨਹੀਂ, ਇਹ ਸਾਰਿਆਂ ਤੋਂ ਵੱਡੀ ਗੱਲ ਉਹ, ਪਰ ਉਹ ਜਿਹੜੇ ਪਤਾ ਪਿਛਲੇ ਦਿਨ ਪਤਾ ਲੱਗਾ ਵੀ ਉਹ ਬਜ਼ੁਰਗ ਜਿਹੜੇ ਸਵਰਗ ਸੁਧਾਰ ਗਏ ਨੇ, ਤਾਂ ਬੜਾ ਅਫਸੋਸ ਹੋਇਆ, ਪਰ ਉਹਦੇ ਪਰਿਵਾਰ ਵਾਲਿਆਂ ਨੂੰ ਅਸੀਂ ਕਹਿ ਰਹੇ ਹਾਂ ਵੀ ਉਹ ਬਹੁਤ ਵਧੀਆ ਇਨਸਾਨ ਸੀਗੇ ਜਿਨ੍ਹਾਂ ਨੇ ਇਹ ਪਰਿਵਾਰ ਨੂੰ ਮਿਲਾਉਣ ਚ ਬਹੁਤ ਵੱਡਾ ਉਹਨਾਂ ਦਾ ਵੀ ਇੱਕ ਯੋਗਦਾਨ। ਜੀ ਜੀ ਬਿਲਕੁਲ ਸਹੀ ਆਖਿਆ ਜੀ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸਰਦਾਰ ਜੀ ਤੁਹਾਡੇ ਨਾਲ 3-4 ਦਿਨ ਰਾਬਤਾ ਕਰਦੇ ਰਹੇ, ਕਿਉਂਕਿ ਕੁਛ ਅਨਫਾਰਚੂਨੇਟਲੀ ਤੁਹਾਨੂੰ ਪਤਾ ਤੁਸੀਂ ਵੀ ਜ਼ਿੰਦਗੀ ਦੇ ਨਾਲ, ਕਿਉਂਕਿ ਤੁਹਾਡਾ ਵੀ ਇਹ ਸ਼ੌਕ ਆ, ਜੀ ਜੀ, ਕੋਈ ਪੇਸ਼ਾ ਨਹੀਂ ਨਾ ਮੇਰਾ ਸੀ, ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਾਫੀ ਕਰਦੇ ਰਹੇ, ਕਿਉਂਕਿ ਮੈਂ ਆਲਰੇਡੀ ਉਹਨਾਂ ਨਾਲ ਅਟੈਚ ਸੀ,
ਉਹਨਾਂ ਦੇ ਵਾਲਦੈਨ ਜਿਹੜੀ ਬਾਪ ਦਾਦਾ ਨੂੰ ਜਿਹਨੇ ਬਚਾਇਆ ਉਹ ਵੀ ਮੈਂ ਇੱਕ ਐਸੀ ਫੈਮਿਲੀ ਉਹਨਾਂ ਦੀ ਲੱਭ ਕੇ ਦਿੱਤੀ ਉਹ ਅਟੈਚ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਆ ਯਾਰ ਵੀਡੀਓ ਮੈਂ ਵੇਖੀ ਆ ਆਹ ਦੇਖ ਤੇਰੀ ਮੇਰੀ ਤਾਂ ਇਹਨਾਂ ਨੇ ਆਲਰੇਡੀ ਕਈ ਵਾਰ ਦੇਖ ਚੁੱਕੇ ਸੀ ਮੈਂ ਕਿਹਾ ਜੀ ਜੋ ਗੱਲਾਂ ਲੱਗਦੀਆਂ ਬਿਲਕੁਲ ਠੀਕ ਹੈਗੀ ਆ ਤੁਹਾਡੇ ਵੱਲੋਂ ਤਿੰਨ ਚਾਰ ਦਿਨ ਰਿਸਪੋਂਸ ਨਹੀਂ ਆਇਆ ਆਖਿਰਕਾਰ ਇੱਕ ਦਿਨ ਤੁਹਾਡੇ ਨਾਲ ਫੋਨ 'ਤੇ ਰਾਬਤਾ ਹੋ ਗਿਆ ਉਹਨਾਂ ਨੇ ਜਦੋਂ ਤੁਸੀਂ ਫਿਰ ਮੇਰੀ ਵੀਡੀਓ ਦੇਖੀ ਤੁਸੀਂ ਕਿਹਾ ਹਾਂ ਇਸੇ ਬੱਚੇ ਦੀ ਵੀਡੀਓ ਦੀ ਮੈਂ ਵੀ ਤਲਾਸ਼ ਵਿੱਚ ਹਾਂ ਜਿਹੜੇ ਇਹਦੇ ਚਾਚਾ ਜੀ ਬੈਠੇ ਆ 75 ਸਾਲ ਉਮੀਦ ਰੱਖ ਕੇ ਫਿਰ ਉਸ ਉਮੀਦ ਨੂੰ ਪਾਣੀ ਲੱਗਿਆ ਪਾਣੀ ਲਾਇਆ ਇੱਕ ਸਰਦਾਰ ਨੇ ਸਾਡੇ ਵੀਰ ਨੇ ਉਹ ਇਸ ਟਾਈਮ ਰਹਿ ਗਈ ਲੇਕਿਨ ਦੁਨੀਆਂ ਦੇ ਨਾਮ ਜਦੋਂ ਦੁਨੀਆਂ ਰਹਿ ਗਈ ਉਨੀ ਦੇਰ ਤੱਕ ਉਹਨਾਂ ਦਾ ਨਾਮ ਇਹਨਾਂ ਦੇ ਨਾਲ ਚੱਲੇਗਾ ਚੜੂਗਾ ਉਹ ਫਿਰ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਫਿਰ ਸਾਡਾ ਟਾਈਮ ਟੇਬਲ ਬਣਿਆ ਉਹ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰਾਈ ਜਦੋਂ ਚਾਚੇ ਨੇ ਭਤੀਜੇ ਨੂੰ ਪਹਿਲੀ ਵਾਰ ਵੇਖਿਆ ਫਿਰ ਉਹ ਜੋ ਕਹਾਣੀ ਹੋਈ ਉਹ ਸਾਡੇ ਸਾਰੇ ਜਾਣਨ ਜਿਹੜੇ ਸਾਡੇ ਫਾਲੋਅਰ ਆ ਜਾਂ ਜਿਹੜੇ ਸਾਡੇ ਨਾਲ ਪਿਆਰ ਕਰਦੇ ਪੰਜਾਬੀ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਫਿਰ ਬਾਅਦ ਵਿੱਚ ਇਹਨਾਂ ਦੀ ਫੈਮਿਲੀ ਆਈ ਸਾਰੇ ਲੋਕ ਪੂਰੀ ਦੁਨੀਆਂ ਤੋਂ ਇਹਨਾਂ ਲੋਕਾਂ ਦੀ ਯਾਨੀ ਇਹਨਾਂ ਦੀ ਵੀਡੀਓ ਦੇਖੀ ਚੜ੍ਹਦੇ ਪੰਜਾਬ ਵਾਲਿਆਂ ਦੀ ਜਿਹੜੀ ਬਣੀਆਂ ਮਜ਼ੀਦ ਜਾਂ ਮੇਰੀਆਂ ਬਣੀਆਂ ਸਾਨੂੰ ਬੜਾ ਪਿਆਰ ਮਿਲਿਆ ਬੜਾ ਸਤਿਕਾਰ ਮਿਲਿਆ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਉਹਨਾਂ ਲੋਕਾਂ ਦਾ ਜਿਹੜੇ ਇਹਨਾਂ ਬਜ਼ੁਰਗਾਂ ਦੇ ਨਾਲ ਪਿਆਰ ਕਰਦੇ ਆ ਔਰ ਨਫ਼ਰਤਾਂ ਤੋਂ ਦੂਰ ਹਟ ਕੇ ਪਿਆਰ ਵਿੱਚ ਵਧਾਉਣ ਦੀ ਵੀ ਇਹਨਾਂ ਨੇ ਇੱਕ ਸਾਡੀ ਬੜੀ ਅਹਿਮ ਸਾਨੂੰ ਇੱਕ ਬੁਨਿਆਦ ਮਿਲੀ ਪੰਜਾਬੀਆਂ ਨੂੰ ਆਪਸ ਵਿੱਚ ਮਿਲਣ ਦੀ ਜਿਹੜੀ ਅਸੀਂ ਸਾਬਤ ਹੋਈ ਸਾਡੀ ਔਰ ਸਾਬਤ ਇਹਨਾਂ ਦੇ ਜਿਹੜੇ ਵਾਲਦ ਯਾਨੀ ਬਣ ਕੇ ਜਿਹਨਾਂ ਨੇ ਪਾਲਿਆ ਉਹਨਾਂ ਨੇ ਵੀ ਦੱਸਿਆ ਕਿ ਅਗਰ ਇੱਕ ਸਰਦਾਰਾਂ ਦਾ ਜਾਂ ਲਾਵਾਰਸ ਇੱਥੇ ਬੱਚਾ ਰਹਿ ਗਿਆ ਸੀ ਉਸ ਨੂੰ ਵਾਰਸਾਂ ਤੋਂ ਵੱਧ ਪਾਲਿਆ ਉਹ ਕਿਉਂਕਿ 12.5 ਕਿੱਲੇ ਜ਼ਮੀਨ ਵੀ ਪਵਾਈ ਔਰ ਇਹਨਾਂ ਦੇ ਬੱਚਿਆਂ ਦੀ ਇਹਨਾਂ ਦੀ ਪੂਰੀ ਫੈਮਿਲੀ ਦੀ ਕੇਅਰ ਵੀ ਕੀਤੀ ਕਿਉਂਕਿ ਇਹਨਾਂ ਦੀ ਸ਼ਾਦੀ ਕੀਤੀ ਉਹਨੇ ਆਪਣੇ ਖਾਨਦਾਨ ਦੇ ਵਿੱਚ ਔਰ ਹੁਣ ਤੱਕ ਇਹਨਾਂ ਦੀ ਵਲਦੀਅਤ ਜਿਹੜੀ ਆ ਸ਼ਨਾਖਤੀ ਕਾਰਡ 'ਤੇ ਜਾਂ ਡਾਕੂਮੈਂਟਸ 'ਤੇ ਜ਼ਮੀਨ 'ਤੇ ਉਹ ਉਸੇ ਨੰਬਰਦਾਰ ਦੀ ਮੁਹੰਮਦੀਨ ਦੀ ਜਿਹੜਾ ਨੇ ਬੱਚਾ ਪਾਲਿਆ ਜੀ ਸਰਦਾਰ ਜੀ ਅੱਛਾ ਜੀ ਮਤਲਬ ਜਿਹੜਾ ਉਹਨਾਂ ਦਾ ਜਿਹੜਾ ਪੇ ਮਤਲਬ ਜਿੱਦਾਂ ਸੀਗਾ ਨਾ ਜੀ ਉਹ ਇਹਨਾਂ ਦਾ ਜਿਹੜਾ ਨੰਬਰਦਾਰ ਸੀ ਉਹ ਉਹਨਾਂ ਦਾ ਹਜੇ ਤੱਕ ਚੱਲਦਾ ਪਿਆ ਜੀ ਬਿਲਕੁਲ ਵਲਦੀਅਤ ਉਹ ਹੀ ਚੱਲਦੀ ਵਲਦੀਅਤ ਉਹ ਹੀ ਚੱਲਣੀ ਕਿਉਂਕਿ ਅਗਰ ਵਲਦੀਅਤ ਨੂੰ ਸਰਦਾਰ ਜੀ ਚੇਂਜ ਕਰੀਏ ਤਾਂ ਬਹੁਤ ਲੰਮਾ ਕੰਮ ਬਿਲਕੁਲ ਚਾਚਾ ਜੀ ਤੁਸੀਂ ਅੱਜ ਨਨਕਾਣਾ ਸਾਹਿਬ ਪਹੁੰਚੇ ਆ ਹਾਂਜੀ ਲੋਕ ਤੁਹਾਨੂੰ ਮਿਲੇ ਆ ਜਿਹੜੇ ਤੁਹਾਨੂੰ ਮਿਲ ਰਹੇ ਕਿ ਆਪਣਿਆਂ ਤੋਂ ਵੱਧ ਨਹੀਂ ਮਿਲ ਰਹੇ ਜਾਂ ਘੱਟ ਮਿਲ ਰਹੇ ਕਿੰਨਾ ਪਿਆਰ ਦੇ ਰਹੇ ਬਹੁਤ ਸੀ ਬਹੁਤ ਪਿਆਰ ਦੇ ਰਹੇ ਨੇ ਬਹੁਤ ਨਾਨਕਾ ਸਾਹਿਬ ਬਹੁਤ ਮਿਹਰਬਾਨੀ ਜਨਾਬ ਸਾਰਿਆਂ ਦੀ ਤੇ ਸਾਰੇ ਮਿਲਣ ਜਫੀਆਂ ਪਾ ਕੇ ਮਿਲ ਰਹੇ ਪਿਆਰ ਨਾਲ ਮਿਲ ਰਹੇ ਨੇ ਜਨਾਬ ਤੁਸੀਂ ਖੁਸ਼ ਆ ਅਸੀਂ ਖੁਸ਼ ਹਾਂ ਜਨਾਬ ਇੰਨਾ ਹੁਣ ਪਰਿਵਾਰ ਮਿਲ ਗਿਆ ਸਾਰਾ ਹਜੇ ਵੀ ਨਾ ਖੁਸ਼ ਹੋਣ ਦਾ ਹੁਣ ਕਦੋਂ ਹੋਣ ਬਾਕੀ ਜਿਹੜੀ ਗੱਲ ਰਹਿ ਗਈ ਧਰਮਾਂ ਦੀ ਹੈ ਨਾ ਕਿਉਂਕਿ ਜੋ ਪਰਮਾਤਮਾ ਨੇ ਉਹ ਸਾਰਿਆਂ ਤੋਂ ਪਹਿਲਾਂ ਇਨਸਾਨ ਬਣਾਇਆ ਦੂਜਾ ਜਿਹਨਾਂ ਨੇ ਪਾਲਿਆ ਉਹ ਆਪਣੇ ਧਰਮ ਦੇ ਵਿੱਚ ਅਕੀਦੇ ਵਿੱਚ ਪੂਰੇ ਰਹਿਣ ਆਪਣੇ ਧਰਮ ਵਿੱਚ ਕੋਈ ਮਸਲਾ ਨਹੀਂ ਇਹਨਾਂ ਵਿੱਚ ਧਰਮਾਂ ਦਾ ਹੈ ਨਾ ਜੀ ਬਿਲਕੁਲ ਜੇ ਸਾਡੇ ਉੱਧਰ ਮੁਸਲਮਾਨ ਔਰਤਾਂ ਜਾਂ ਹੋਰ ਸਿੱਖ ਬਣੇ ਆ ਜੇ ਉਹਨਾਂ ਨੂੰ ਅਸੀਂ ਗੱਲ ਕਰਦੇ ਹਾਂ ਵੀ ਤੁਸੀਂ ਮੁਸਲਮਾਨ ਹੋ ਜਾਓ ਜਾਂ ਕਿੱਦਾਂ ਨਾ ਪਰ ਇਹ ਗਲਤ ਆ ਆਪਣੇ ਧਰਮ ਤੁਸੀਂ ਪੱਕੇ ਸਾਨੂੰ ਇੰਨੀ ਖੁਸ਼ੀ ਬੜੀ ਆ ਤੇ ਚਲੋ ਠੀਕ ਆ ਜੀ ਤੇ ਬਾਬਾ ਜੀ ਮਿਲਣ ਆਏ ਸੀਗੇ ਸਾਨੂੰ ਤੇ ਬੜਾ ਇਹਨਾਂ ਦਾ ਅਸੀਂ ਪਰਿਵਾਰ ਦਾ ਜਵੇਦ ਦਾ ਸ਼ੁਕਰੀਆ ਕਰਦੇ ਹਾਂ ਘੱਟੋ ਘੱਟ 150-200 ਕਿਲੋਮੀਟਰ ਹੋਣਾ ਇੱਥੋਂ ਨਾ ਜੀ ਜ਼ਿਆਦਾ ਹੋਣਾ ਜ਼ਿਆਦਾ 250 ਕਿਲੋਮੀਟਰ ਹਾਂਜੀ 250 ਕਿਲੋਮੀਟਰ ਅੱਛਾ 250 ਕਿਲੋਮੀਟਰ ਸਾਨੂੰ ਇੱਥੇ ਮਿਲਣਾ ਇਹਨਾਂ ਬੜਾ ਬਾਬਾ ਜੀ ਤੁਹਾਡਾ ਧੰਨਵਾਦ ਬੜੀ ਮਿਲ ਕੇ ਤੁਹਾਨੂੰ ਖੁਸ਼ੀ ਹੋਈ ਆ ਹਾਂ ਚਲੋ ਠੀਕ ਆ ਰੱਬ ਰੱਖਾ ਜੀ